ਅਸਲਾਮ ਅਲੈਕੁਮ ਜੀ, ਕੀ ਹਾਲ ਹੈ? ਠੀਕ ਠਾਕ ਹੋ? ਫਾਈਵ ਸਟਾਰ ਡੀਵੀਡੀ ਕੋਰੀਆ ਰੋਡ ਡਿੰਗਾ ਸਾਡੀ ਤਰਫੋਂ ਜਨਾਬ, ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੈਫਲ ਮਲੂਕ ਦਾ ਪ੍ਰੋਗਰਾਮ। ਧੁਨੀ ਪਿੰਡ ਵਿੱਚ ਜਨਾਬ ਚੌਧਰੀ ਮੁਸ਼ਤਾਕ ਸਾਹਿਬ ਦੇ ਘਰ ਹੈ ਪ੍ਰੋਗਰਾਮ ਹੋਇਆ, ਔਰ ਚੌਧਰੀ ਮੁਸ਼ਤਾਕ ਸਾਹਿਬ ਦੀ ਪ੍ਰੋਗਰਾਮ ਦੀ ਹਿਸਟਰੀ ਜਿਹੜੀ ਹੈ ਉਹ ਮਸਲ ਬੜੀ ਲੰਮੀ ਹੈ। ਮੈਂ ਇਨਸ਼ਾਅੱਲਾ ਜਿਸਲੇ ਉਹਨਾਂ ਦੇ ਬਾਕੀ ਪ੍ਰੋਗਰਾਮ ਅਪਲੋਡ ਕਰ ਦਾਂਗਾ ਅਤੇ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਦੱਸਾਂਗਾ। ਮੇਰੇ ਖਿਆਲ 130 ਪ੍ਰੋਗਰਾਮ ਉਹਨਾਂ ਦੇ ਘਰ ਸੈਫਲ ਮਲੂਕ ਦੇ ਹੋ ਚੁੱਕੇ ਨੇ, ਔਰ ਸਭ ਤੋਂ ਵੱਡੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉੱਥੇ ਜਿਹੜਾ ਸੈਫਲ ਮਲੂਕ ਪੜ੍ਹਿਆ ਜਾਂਦਾ ਹੈ ਨਾ, ਉਹ ਲਫਜ਼ ਬਲਫਜ਼ ਉਹ ਹੈ ਜਿਹੜਾ ਕਿ ਮੀਆਂ ਮੁਹੰਮਦ ਸਾਹਿਬ ਨੇ ਲਿਖਿਆ ਹੈ। ਉਹਦੇ 'ਚ ਕੋਈ ਜ਼ੇਰ ਜ਼ਬਰ ਦਾ ਫਰਕ ਨਹੀਂ ਹੈ। ਆਵਾਜ਼ ਸਾਡੇ ਜਨਾਬ ਬੜੀ ਪਿਆਰੀ ਦਰਿਆਫਤ ਜਨਾਬ, ਬੜੇ ਪਿਆਰੇ ਦੋਸਤ ਜਨਾਬ ਤਾਹਿਰ ਅਸਗਰ ਸਾਹਿਬ, ਪਿੰਡ ਪੀਰ ਦੀ ਢੇਰੀ ਜਲਾਲਪੁਰ ਸ਼ਰੀਫ ਦੇ ਕੋਲੇ, ਬੜੀ ਸੋਹਣੀ ਜਿਹੀ ਆਵਾਜ਼ ਉਹਨਾਂ ਦੀ, ਠੀਕ ਹੈ, ਅਤੇ ਬੜਾ ਪਿਆਰਾ ਜਿਹਾ ਅੰਦਾਜ਼। ਉਹਨਾਂ ਨੇ ਇੱਕ ਐਸਾ ਕਲਾਮ ਪੜ੍ਹਿਆ ਕਿ ਜਿਹੜਾ ਸ਼ਾਇਦ ਮੈਂ ਯਕੀਨ ਨਾਲ ਕਹਿ ਸਕਣਾ ਕਿ ਤੁਸੀਂ ਅੱਗੇ ਕਦੇ ਨਹੀਂ ਸੁਣਿਆ ਹੋਵੇਗਾ, ਠੀਕ ਹੈ, ਸੁਣੋਗੇ ਤਾਂ ਚੱਸ ਆਵੇਗੀ। ਆਪਣੀ ਕਮੈਂਟਸ, ਆਪਣੀ ਰਾਏ ਨਾਲ ਜ਼ਰੂਰ ਆਗਾਹ ਕਰਿਓ। ਬੜੀ ਹੌਸਲਾ ਅਫਜ਼ਾਈ ਹੁੰਦੀ ਉਸ ਬੰਦੇ ਦੀ ਜਿਸੇ ਤੁਸੀਂ ਆਪਣੇ ਕਮੈਂਟਸ ਦਿੰਦੇ ਹੋ ਨਾ, ਅਤੇ ਬੰਦੇ ਨੂੰ ਮਹਿਸੂਸ ਹੁੰਦਾ ਕਿ ਯਾਰ ਮੈਂ ਜੋ ਪੜ੍ਹਿਆ ਉਹ ਵਾਕਈ ਲੋਕਾਂ ਨੇ ਪਸੰਦ ਕੀਤਾ ਹੈ। ਕੰਜੂਸੀ ਨਾ ਕਰਿਆ ਕਰੋ ਇਸ ਕੰਮ ਵਿੱਚ, ਠੀਕ ਹੈ, ਜਿਹੜਾ ਬੰਦਾ ਦਾਤ ਦੇ ਕਾਬਲ ਹੋਵੇ ਉਹਨੂੰ ਦਾਤ ਦਿਆ ਕਰੋ, ਜੇ ਕੋਈ ਖਾਮੀ ਹੋਵੇ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ। ਅਸੀਂ ਜਨਾਬ ਤੁਹਾਡੀ ਖਾਮੀ ਤੁਹਾਡੀ ਰਾਏ ਸਾਡੇ ਵਾਸਤੇ ਜਨਾਬ ਸਿਰ ਮੱਥੇ ਦੇ, ਅਤੇ ਅਸੀਂ ਜਨਾਬ ਜ਼ਰੂਰ ਉਹਨਾਂ ਨੂੰ ਵੀ ਦੱਸਾਂਗੇ ਕਿ ਸਰ ਵੱਲ ਲੋਕ ਇੰਜ ਕਹਿੰਦੇ ਸਨ ਪਏ, ਲੋਕਾਂ ਦੀ ਇਹ ਰਾਏ ਸੀ, ਠੀਕ ਹੈ ਜੀ। ਫਾਈਵ ਸਟਾਰ ਡੀਵੀਡੀ ਕੋਰੀਆ ਰੋਡ ਡਿੰਗਾ, ਬਹੁਤ ਸ਼ੁਕਰੀਆ ਜਨਾਬ ਸਾਡੇ, ਤੁਸੀਂ ਪ੍ਰੋਗਰਾਮ ਦੇਖਦੇ ਹੋ, ਸਾਨੂੰ ਤੁਸੀਂ ਪਸੰਦ ਕਰਦੇ ਹੋ, ਤੁਹਾਨੂੰ ਗਾਉਣ ਦਾ ਸ਼ੌਕ ਹੈ, ਸਾਡੇ ਨਾਲ ਰਾਬਤਾ ਕਾਇਮ ਕਰੋ। ਫਾਈਵ ਸਟਾਰ ਡੀਵੀਡੀ ਕੋਰੀਆ ਰੋਡ ਡਿੰਗਾ, ਖਾਰੀਆਂ ਗੁਜਰਾਤ। ਸ਼ੁਕਰੀਆ ਸਰ। ਸਜਣ ਦਿਲ ਬੈਠੀ ਚਿੱਤ ਮੇਰੇ ਜੀ ਜਾਇਆ ਕੀ ਗੁਸਤਾਖੀ ਨਜ਼ਰੀ ਆਈ ਤਖਤੋਂ ਸੱਟ ਰੁਲਾਇਆ ਕੀ ਕੁਝ ਗੱਲ ਹੋ ਕੀ ਹੁੰਦਾ ਜੇ
ਨਾ ਇਸ ਰਾਮ ਮੁੜਾ ਬਿਛਾਣਾ ਨਾ
ਗਏ ਸਜਣ ਦਿਲ ਬੈਠੀ ਬੱਚਾ ਤੂੰ ਮੇਰੇ ਨਾਲ ਪੜਵਾਇਆ ਜੀ।